ਸੋ ਖਟਕੜ ਕਲਾਂ ਵਿੱਚ ਜਿਹੜਾ ਹਜੂਮ ਅੱਜ ਪਹੁੰਚਿਆ ਹੋਇਆ ਸੋ ਸਾਡੇ ਬੱਸ ਡਰਾਈਵਰ ਭਰਾ ਵੀ ਇੱਥੇ ਮੌਜੂਦ ਨੇ ਨਾਲ ਗੱਲ ਕਰਦੇ ਆ ਸੋ ਭਾਜੀ ਅੱਜ ਕੀ ਲੱਗ ਰਿਹਾ ਤੁਹਾਨੂੰ ਕੀ ਹੋ ਗਿਆ ਪੰਜਾਬ 'ਚ ਲੋਕਾਂ ਨੂੰ ਲੱਗ ਰਿਹਾ ਵੀ ਇੰਨਾ ਚਿਰ ਹੋ ਗਿਆ ਸਾਨੂੰ ਦੋ ਹੀ ਪਾਰਟੀਆਂ ਕੁਛ ਨਹੀਂ ਦਿਖਾ ਰਹੀਆਂ ਨਾ ਦੇ ਰਹੀਆਂ ਅਤੇ ਕੋਈ ਕੰਮ ਨਹੀਂ ਕਰ ਰਹੀਆਂ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਅਸੀਂ ਕਾਮਯਾਬ ਕੀਤਾ ਦੇਖੋ ਗਾਂ ਕੰਮ ਕਰਨਗੇ ਸਾਰੀ ਦੁਨੀਆ ਦਾ ਭਲਾ ਵੀ ਕਰਨਗੇ ਇਹ ਕੰਮ ਵੀ ਲੋਕਾਂ ਨੂੰ ਕੰਮ ਵੀ ਦੇਣਗੇ ਅਤੇ ਜੇ ਆਪਾਂ ਗੱਲ ਕਰੀਏ ਬਾਦਲਾਂ ਨੂੰ ਲੋਕ ਇੰਨਾ ਸਾਲ ਜਿਤਾਉਂਦੇ ਰਹੇ ਜਾਂ ਕੈਪਟਨ ਉਹਨਾਂ ਨੂੰ ਕਾਂਗਰਸ ਨੂੰ ਇੰਨਾ ਸਾਲ ਜਿਤਾਉਂਦੇ ਰਹੇ ਇਹਨਾਂ ਨੇ ਫਿਰ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝੀ ਇਹਨੀ ਆਪਣਾ ਹੀ ਦੇਖਿਆ ਜੀ ਪਬਲਿਕ ਦਾ ਕੋਈ ਨਹੀਂ ਦੇਖਿਆ ਜਨਤਾ ਦਾ ਨਹੀਂ ਦੇਖਿਆ ਹਾਂਜੀ ਅਤੇ ਕਿਸੇ ਨੂੰ ਕੰਮ ਨਹੀਂ ਦਿੱਤਾ ਇਹਨੀ ਨੌਕਰੀ ਨਹੀਂ ਦਿੱਤੀ ਲਾਰੇ ਲਾਉਂਦੇ ਰਹੇ ਬਾਕੀ ਕਾਂਗਰਸ ਵਾਲੇ ਨਸ਼ੇ ਦੇ ਕਹਿੰਦੇ ਮਾਮਲੇ ਵੱਧ ਗਏ ਜਦੋਂ ਕਾਂਗਰਸ ਆਈ ਸੀਗੀ ਨਸ਼ੇ ਵਧਾ ਤੇ ਨਹੀਂ ਜੀ ਅਤੇ ਨਾ ਕਾਂਗਰਸ ਨੇ ਖਤਮ ਕੀਤਾ ਨਾ ਅਕਾਲੀਆਂ ਨੇ ਕੀਤਾ ਉਹ ਉਹਨਾਂ ਨੂੰ ਕਹੀ ਜਾਂਦੇ ਆ ਅਕਾਲੀਆਂ ਨੂੰ ਅਕਾਲੀ ਕਾਂਗਰਸ ਨੂੰ ਕਹੀ ਜਾਂਦੇ ਆ ਹੁਣ ਕੀ ਆਸ ਲੱਗਦੀ ਆ ਆਮ ਪਾਰਟੀ ਤੋਂ ਝਾੜੂ ਵਾਲਿਆਂ ਤੋਂ ਇਹਨਾਂ ਤੋਂ ਥੋੜ੍ਹਾ ਕੰਮ ਚੱਲੇਗਾ ਤਾਂ ਪਤਾ ਲੱਗ ਜਾਣਾ ਜੀ ਇੱਕ ਸਾਲ ਦੇ ਵਿੱਚ ਛੇ ਮਹੀਨਿਆਂ 'ਚ ਦੋ ਮਹੀਨਿਆਂ 'ਚ ਪਤਾ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਕਿੰਨਾ ਕੁ ਪੂਰੇ ਕਰਦੇ ਆ ਜਿਹੜੇ ਵਾਅਦੇ ਕੀਤੇ ਨਹੀਂ ਪੂਰੇ ਕਰਨਗੇ ਮੁੜ ਕੇ ਪੰਜ ਸਾਲ ਬਾਅਦ ਫਿਰ ਲੋਕਾਂ ਨੇ ਹਿਸਾਬ ਲੈ ਲੈਣਾ ਲੋਕਾਂ ਨੇ ਅਗਰ ਕੰਮ ਚੰਗਾ ਕਰਨਗੇ ਲੋਕ ਫਿਰ ਇਹਨਾਂ ਦੇ ਕਾਮਯਾਬ ਕਰਨਗੇ ਤੁਹਾਡੀ ਕਾਫੀ ਉਮਰ ਹੋ ਗਈ 60 ਸਾਲ ਤੋਂ ਜ਼ਿਆਦਾ ਤੁਹਾਡੀ ਉਮਰ ਹੈ 65 ਸਾਲ ਕਈ ਤੁਸੀਂ ਮੁੱਖ ਮੰਤਰੀ ਦੇਖੇ ਹੋਣੇ ਪ੍ਰੋਗਰਾਮ ਦੇਖੇ ਹੋਣੇ ਐਡਾ ਘੱਟ ਕਦੀ ਹੋਇਆ ਅੱਜ ਤੱਕ ਦੇਖਿਆ ਨਹੀਂ ਮੈਂ ਨਹੀਂ ਦੇਖਿਆ ਇੰਨਾ ਘੱਟ ਖਾਸ ਕਰ ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਵਿੱਚ ਹਾਂਜੀ ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਮੈਂ ਨਹੀਂ ਇੰਨਾ ਘੱਟ ਦੇਖਿਆ ਤੁਸੀਂ ਕੀ ਕਹਿੰਦੇ ਹੋ ਸਰਦਾਰ ਸਾਹਿਬ ਇਹ ਹੁਣ ਸਰਕਾਰ ਜਦੋਂ ਆ ਗਈ ਆ ਇਹ ਹੁਣ ਜਾਂਦੀ ਨਹੀਂ ਇਹ ਪੱਕੀ ਜਣੀ ਰਹੂਗੀ ਇਹ ਕੰਮ ਕਰਕੇ ਪੈਰ ਲੱਗ ਗਏ ਪੱਕੇ ਪੈਰ ਲੱਗ ਗਏ ਜੀ ਇਹਨਾਂ ਦੇ ਦਿੱਲੀ ਵਾਂਗਰ ਪੈਰ ਲੱਗ ਗਏ ਆ ਕਿਉਂਕਿ ਮੇਨ ਦਿਮਾਗ ਵਾ ਜਿਹੜਾ ਇਹਨਾਂ ਦਾ ਕੇਜਰੀਵਾਲ ਦਾ ਆ ਕੇਜਰੀਵਾਲ ਇੱਕ ਪੜ੍ਹਿਆ ਲਿਖਿਆ ਇਨਸਾਨ ਵਾ ਜੇ ਹੁਣ ਪੈਸਾ ਕਮਾਉਣਾ ਚਾਹੁੰਦਾ ਇਨਕਮ ਟੈਕਸ ਦਾ ਕਮਿਸ਼ਨਰ ਸੀਗਾ ਉਹ ਕਰੋੜਾਂ ਰੁਪਏ ਕਮਾ ਸਕਦੇ ਹੁਣ ਇਹ ਛੱਡ ਕੇ ਲੋਕਾਂ ਨੂੰ ਕੁਛ ਕਰਕੇ ਦਿਖਾਉਣਾ ਕਿਉਂਕਿ ਦਿੱਲੀ ਇੱਕ ਅਧੂਰਾ ਸੂਬਾ ਸੀ ਪੰਜਾਬ ਪੂਰਨ ਸਟੇਟ ਵਾ ਉਹ ਕੁਛ ਕਰਕੇ ਦਿਖਾਊਗਾ ਕਿਉਂਕਿ ਮੇਨ ਦਿਮਾਗ ਉਹ ਬਹੁਤ ਇੰਟੈਲੀਜੈਂਟ ਵਾ ਇੱਕ ਪੜ੍ਹਾਈ ਬਹੁਤ ਆਪਣੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਂਗਰ ਉਹਨਾਂ ਐਜੂਕੇਸ਼ਨ ਬਹੁਤ ਕੀਤੀ ਵਾ ਬਹੁਤ ਭਗਵੰਤ ਮਾਨ ਬਾਰੇ ਕੀ ਕਹਿੰਦੇ ਹੋ ਭਗਵੰਤ ਮਾਨ ਇਮਾਨਦਾਰ ਬੰਦਾ ਆ ਕਿਉਂਕਿ ਦੋਵੇਂ ਮਿਲ ਕੇ ਕੰਮ ਕਰੂਗੇ ਜੀ ਦਿਮਾਗ ਕੇਜਰੀਵਾਲ ਦਾ ਆਊਗਾ ਅਤੇ ਕੰਮ ਭਗਵੰਤ ਮਾਨ ਸਾਈਨ ਇਹਦੇ ਚੱਲੂਗੇ ਸਾਈਨ ਇਹਦੇ ਚੱਲੂਗੇ ਜੀ ਸੋ ਕੀ ਲੱਗਦਾ ਮਤਲਬ ਐਦ ਕਿ ਲੋਕਾਂ ਕੋਲ ਹੋਰ ਕੋਈ ਬਦਲ ਨਹੀਂ ਸੀਗਾ ਉਹਨਾਂ ਨੇ ਸਿਰਫ ਝਾੜੂ ਨੂੰ ਪਾਈ ਜਿਹੜਾ ਮਰਜ਼ੀ ਉਮੀਦਵਾਰ ਖੜਾ ਹੋਵੇ ਪਾਰਟੀ ਨੂੰ ਵੋਟ ਪਾਈ ਪਾਰਟੀ ਨੂੰ ਵੋਟ ਪਾਈ ਆ ਜੀ ਉਹਨਾਂ ਕੋਲ ਤੀਜਾ ਬਦਲੇ ਜਾ ਨਹੀਂ ਸੀ ਪਿਛਲੀ ਵਾਰ ਵੀ ਸਰਕਾਰ ਬਣ ਜਾਣੀ ਸੀ ਕਿ ਉਹ ਅਕਾਲੀ ਕਾਂਗਰਸ ਹੀ ਮਿਲ ਕੇ ਆਖਰੀ ਦਿਨ ਗੇਮ ਖੇਲ ਗਏ ਇੱਕ ਦੂਏ ਨੂੰ ਬੂਟਾ ਪਾ ਗਏ ਜਿੱਦਾਂ ਉਹ ਇਹੀ ਕਹਿੰਦੇ ਸੀ ਦਿੱਲੀ ਵਾਲਿਆਂ ਨੂੰ ਬਚਾਓ ਇਹ ਸਿਰਫ ਇਹ ਕਹਿੰਦੇ ਆ ਜਾਣੀ ਕਿ ਕੋਈ ਬੰਦਾ ਅਹੁਦੇ 'ਤੇ ਜੋ ਹੋਣਾ ਚਾਹੀਦਾ ਇਹ ਕਹਿ ਦਿੰਦੇ ਸਿੱਖ ਹੋਵੇ ਮੁਸਲਮਾਨ ਹੋਵੇ ਜਾਂ ਭਈਆ ਆ ਉਹ ਤਾਂ ਚਾਹੀਦਾ ਨਹੀਂ ਕੋਈ ਅਹੁਦੇ 'ਤੇ ਯੋਗ ਹੋਵੇ ਉਹਨੂੰ ਚਾਹੀਦਾ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਜਾਂ ਹਿੰਦੂ ਹੋਵੇ ਅਹੁਦੇ 'ਤੇ ਯੋਗ ਬੰਦਾ ਚਾਹੀਦਾ ਜੀ ਸੋ ਤੁਸੀਂ ਵੀ ਅੱਜ ਤੱਕ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਹੈਗੇ ਹੋ ਲੋਕਾਂ ਨੇ ਕਿੱਦਾਂ ਮਨ ਬਦਲ ਲਿਆ ਕਿਉਂਕਿ ਪੰਜਾਬ ਦੇ ਪਿੰਡਾਂ ਦੀ ਇਹ ਹਾਲਤ ਹੈ ਕਿ ਪੰਥ ਨੂੰ ਵੋਟ ਪਾਉਣੀ ਹੈ ਅਕਾਲੀ ਦਲ ਨੂੰ ਵੋਟ ਪਾਉਣੀ ਹੈ ਉਸ ਤੋਂ ਕਦੀ ਨਿਕਲ ਨਹੀਂ ਪਾਏ ਸੀ ਹੁਣ ਕਿੱਦਾਂ ਲੋਕਾਂ ਨੇ ਫੈਸਲਾ ਕਰ ਲਿਆ ਅਸਲ 'ਚ ਲੋਕ ਜਿੱਦਾਂ ਕਿਸਾਨ ਅੰਦੋਲਨ ਕਰਕੇ ਇਹਨਾਂ ਦੀ ਰਾਜਨੀਤੀ ਸਮਝਣ ਲੱਗ ਪਏ ਪਾਣੀ ਦੇ ਪਿੱਛੇ ਲੋਕਾਂ ਨੂੰ ਲੜਾ ਰਹੇ ਸੀ ਧਰਮ ਦੇ ਨਾਂ 'ਤੇ ਲੜਾ ਰਹੇ ਸੀ ਅਤੇ ਆਪਣਾ ਜਾਤ ਦੇ ਨਾਂ 'ਤੇ ਅਤੇ ਲੋਕਾਂ ਨੂੰ ਇਹ ਸਿਆਸੀ ਸਮਝ ਕਿਸਾਨ ਅੰਦੋਲਨ ਤੋਂ ਬਹੁਤ ਆ ਚੁੱਕੀ ਸੀ ਇਸ ਕਰਕੇ ਕਿਸੇ ਨੂੰ ਇੰਨੀ ਉਮੀਦ ਨਹੀਂ ਸੀ ਸਾਨੂੰ ਵੀ ਇੰਨੀ ਉਮੀਦ ਨਹੀਂ ਆਈ 60 ਪਲੱਸ ਸੀਟਾਂ ਕਹਿੰਦੇ ਸੀ ਪਰ 92 ਸੀਟਾਂ ਆ ਗਈਆਂ ਬਹੁਤ ਵੱਡੀ ਪ੍ਰਾਪਤੀ ਕੀਤੀ ਆ ਕਿਸਾਨਾਂ ਨੇ ਚੋਣਾਂ 'ਚ ਖੜੇ ਹੋ ਕੇ ਠੀਕ ਕੀਤਾ ਸੀ ਕਿਸਾਨ ਅੰਦੋਲਨ ਤਾਂ ਜਿੱਦਾਂ ਅਸੀਂ ਮਾਲਵੇ 'ਚ ਗਏ ਸੀ ਬੱਸ ਲੈ ਕੇ ਉਹ ਤਾਂ ਕਹਿੰਦੇ ਸੀ ਕਾਂਗਰਸ ਤੋਂ ਪੈਸੇ ਲੈ ਕੇ ਇਹਨੇ ਝਾੜੂ ਦੀਆਂ ਵੋਟਾਂ ਤੋੜਨ ਵਾਸਤੇ ਪਾਰਟੀ ਖੜੀ ਕੀਤੀ ਆ ਅਤੇ ਲੋਕਾਂ ਦਾ ਤਾਂ ਇਹੀ ਸੀ ਬੱਚੇ ਜਾਣੀ ਕਿ ਅਤੇ ਕਾਂਗਰਸ ਸੌਰੀ ਕਿਸਾਨ ਜਿਹੜਾ ਖੜੇ ਹੋ ਗਏ ਵੋਟਾਂ 'ਚ ਉਹਨਾਂ ਨੇ ਆਪਣੀ ਖਰਾਬ ਨਹੀਂ ਕਰ ਲਈ ਬਣੀ ਮੋਟੀ ਜਿਹੜੀ ਇੱਜ਼ਤ ਬਣੀ ਸੀ ਉਹਨਾਂ ਦੀ ਉਹ ਤਾਂ ਖਰਾਬ ਹੋ ਗਈ ਹੈ ਜੀ ਜਿੱਦਾਂ ਪਹਿਲਾਂ ਇੱਕ ਉਹਨਾਂ ਦੇ ਦੋਹਰੇ ਬਿਆਨ ਆ ਗਏ ਅਸੀਂ ਰਾਜਨੀਤੀ ਜਾਣਾ ਨਹੀਂ ਫਿਰ ਰਾਜਨੀਤੀ 'ਚ ਪਾਰਟੀ ਬਣਾ ਲਈ ਹੈ ਨਾ ਉਹਦੇ ਕਰਕੇ ਦੂਆ ਫਰਕ ਪੈ ਗਿਆ ਉਹਦੇ ਕਰਕੇ ਭਗਵੰਤ ਮਾਨ ਨਾਲ ਖੜੇ ਆ ਹੁਣ ਪੰਜਾਬ ਹਾਂਜੀ ਹਾਂਜੀ ਪੂਰਾ ਜੀ ਪੂਰਾ ਪੰਜਾਬ ਖੜੇ ਆ ਬੱਚਾ ਖੜਾ ਭਗਵੰਤ ਮਾਨ ਨਾਲ ਕਿ ਉਹ ਇਮਾਨਦਾਰ ਬੰਦਾ ਹੈ ਜੀ
सो बस ड्राइवर भरा जिहड़े रोज़ कदी एक शहर कदी दूए शहर कदी एक पिंड कदी दूजे पिंड घूमते रहिंदे ने उन्हें भी जो फीडबैक लई है कहिंदे भी वोटां तों पहलां सानूं भी लग रिहा सीगा कि 60 दे नेड़े सीटां आम आदमी पार्टी लै जाएगी पिंडां दे लोकां नाल तुर पए सी पर जदों 90 तों उपर सीटां आ गईआं तां उन्हां नूं भी हैरानी होई ते हुण पंजाब दे लोक इह भी मंग कर रहे ने कि जे लोकां ने तुहानूं एडा वड्डा फतवा दित्ता जिम्मेवारी दित्ती है तां जिम्मेवारी दो कदम अग्गे हो के निभायो तां कि पंजाब दा भला आने वाले समय दे विच हो सके। विजय मनमीत दे नाल बलजीत परवाह, सक्रोल पंजाब, खटकड़ कलां।